ਪਰ ਕਿਉਂਕਿ ਇਹ ਭਗਵਾਨ ਕੇ ਜੋ ਅਦਰ ਅੰਮ੍ਰਿਤ ਹੈ ਨਾ ਉਸ ਪਰ ਟੱਚ ਹੋ ਕੇ ਆਇਆ ਤਾਂ ਇਸ ਲਈ ਇਸ ਕੋ ਟੇਸਟੀ ਬਣਾ ਹੋਇਆ ਇਹ ਬਰਸ਼ਾਦ ਕੰਬਲੀ ਸੜੀ ਫਕੀਰ ਦੀ ਹਸਿਆ ਤਾੜੀ ਮਾਰ ਕਹਿੰਦਾ ਇਹ ਵੀ ਲੈ ਗਿਆ ਮੋਢਿਆਂ ਉੱਤੋਂ ਪਾਰ ਇਸੇ ਫਕੀਰੀ ਨੂੰ ਅਸਲ ਜ਼ਿੰਦਗੀ ਦੇ ਵਿੱਚ ਜੁੰਦੇ ਬਦਰੀ ਕਾ ਆਸ਼ਰਮ ਦੇ ਇਹ ਨੌਜਵਾਨ ਜੋ ਚੰਗਾ ਪੜ੍ਹਾਈ ਲਿਖਾਈ ਖੂਣ ਦੇ ਬਾਵਜੂਦ ਸੰਸਾਰਕ ਮੋਹ ਮਾਇਆ ਨੂੰ ਤਿਆਗ ਕੇ ਸਿਰਫ ਤੇ ਸਿਰਫ ਉਸ ਪਰਮ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਨੇ ਇਹ ਛਾਵਾਂ ਨੂੰ ਪੈਦਾ ਕਰਨ ਵਾਲੀਆਂ ਇੰਦਰੀਆਂ ਉੱਤੇ ਕਾਬੂ ਪਾਉਣ ਲਈ ਸਾਦਾ ਜੀਵਨ ਬਤੀਤ ਕਰਦੇ ਨੇ ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਜਿੱਥੇ ਮਨੁੱਖ ਬਿਜਲੀ ਫੋਨ ਕੰਪਿਊਟਰ ਵਰਗੀਆਂ ਜ਼ਰੂਰੀ ਵਸਤੂਆਂ ਤੋਂ ਬਿਨਾਂ ਜੀਉਣ ਦੀ ਕਲਪਨਾ ਵੀ ਨਹੀਂ ਕਰ ਸਕਦਾ ਉੱਥੇ ਹੀ ਆਸ਼ਰਮ ਦੇ ਇਹ ਲੋਕਾਂ ਨੂੰ ਸਾਦਾ ਜੀਵਨ ਜੀਉਣ ਤੇ ਸੰਸਾਰਕ ਮਾਇਆ ਨੂੰ ਛੱਡ ਪ੍ਰਭੂਤ ਨਾਲ ਜੁੜਨ ਦਾ ਸੰਦੇਸ਼ ਦੇ ਰਹੇ ਨੇ ਰੋਟੀ ਕਪੜਾ ਤੇ ਮਕਾਨ ਇਹ ਤੁਸੀਂ ਡਾਇਲੌਗ ਬਹੁਤ ਸੁਣਿਆ ਹੋਣਾ ਕਿਉਂਕਿ ਹਰ ਕਿਸ ਦੀ ਜ਼ਰੂਰਤ ਹੈ ਪਰ ਇਸ ਦੁਨੀਆ ਚ ਰੋਟੀ ਕਪੜਾ ਮਕਾਨ ਮਿਲ ਹੀ ਜਾਂਦਾ ਹੈ ਇਹ ਰੋਟੀ ਕਪੜਾ ਮਕਾਨ ਇੱਕ ਹੋਰ ਦੁਨੀਆ ਚ ਮਿਲਦਾ ਹੈ ਜਿਹੜੀ ਇਹ ਦੁਨੀਆ ਦੀ ਮੈਂ ਗੱਲ ਕਰ ਰਿਹਾ ਹਾਂ ਨਾ ਕਨਫਿਊਜ਼ ਹੋ ਰਹੇ ਹੋ ਇਹ ਉਹੀ ਦੁਨੀਆ ਹੈ ਜਿਹੜੀ ਸਾਡੀ ਇਸ ਦੁਨੀਆ ਚ ਹੈ ਮੈਂ ਉਸ ਛੋਟੀ ਦੀ ਦੁਨੀਆ ਦੀ ਗੱਲ ਕਰ ਰਿਹਾ ਜਿਹੜੀ ਛੋਟੀ ਜਹੀ ਦੁਨੀਆ ਕੁਆਲਿਟੀ ਆਫ ਲਿਵਿੰਗ ਦੱਸਦੀ ਹੈ ਉਹ ਕਿਸ ਤਰੀਕੇ ਨਾਲ ਦੱਸਦੀ ਹੈ ਇਹ ਤੁਹਾਨੂੰ ਪਤਾ ਲੱਗੂਗਾ ਕਿਉਂਕਿ ਇਸ ਦੁਨੀਆ ਚ ਨਾ ਬਿਜਲੀ ਹੈ ਨਾ ਕਿਸੇ ਤਰੀਕੇ ਦੀ ਏਸੀ ਹੀਟਰ ਵਰਗੀਆਂ ਸਹੂਲਤਾਂ ਨੇ ਨਾ ਕਿਸੇ ਤਰੀਕੇ ਦਾ ਕੋਈ ਇਲੈਕਟ੍ਰੋਨਿਕ ਚੁੱਲਾ ਹੈ ਨਾ ਕਿਸੇ ਤਰੀਕੇ ਦਾ ਕੋਈ ਬੈੱਡ ਹੈ ਨਾ ਕਿਸੇ ਤਰੀਕੇ ਦਾ ਕੋਈ ਹੋਰ ਇਲੈਕਟ੍ਰੋਨਿਕਲ ਅਪਲਾਈਂਸ ਨੇ ਸਿਰਫ ਕੁਆਲਿਟੀ ਆਫ ਲਿਵਿੰਗ ਆਰਗੈਨਿਕ ਲਿਵਿੰਗ ਹੈ ਅਸੀਂ ਇਸ ਵਕਤ ਹੈਗੇ ਆ ਰਾਜਪੁਰੇ ਦੇ ਸਿਰਫ 15 ਕਿਲੋਮੀਟਰ ਨੇੜੇ ਇੱਕ ਪਿੰਡ 'ਚ ਜਿੱਥੇ ਏਰੀਆ ਹੈ ਪੂਰੇ 2.5 ਤੋਂ 3 ਕਿਲੋ ਦੇ ਵਿੱਚ ਤੇ ਇਹਦਾ ਨਾਂ ਹੈਗਾ ਬਦਰੀ ਕਾ ਆਸ਼ਰਮ ਇਹ ਬਦਰੀ ਕਾ ਆਸ਼ਰਮ ਆਖਿਰਕਾਰ ਕਿਉਂ ਖਾਸ ਹੈ ਆ ਉਹ ਇਹਨਾਂ ਲੋਕਾਂ ਤੋਂ ਜਾਣਦੇ ਆ ਜਿਹੜੇ ਇੱਥੇ ਰਹਿੰਦੇ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਹਿਲਾਂ ਦਾ ਡੇਲੀ ਪੋਸਟ ਦਾ ਧੰਨਵਾਦ ਧੰਨਵਾਦ ਆ ਹਰੇਕ੍ਰਿਸ਼ਨਾ ਹਰੇਕ੍ਰਿਸ਼ਨਾ ਕ੍ਰਿਸ਼ਨਾ ਕ੍ਰਿਸ਼ਨ ਹਰੇ ਹਰੇ ਅੱਛਾ ਆ ਤੁਸੀਂ ਪਟਿਆਲੇ ਤੋਂ ਹਾਂਜੀ ਹੈਨਾ ਤੇ ਸਰ ਤੁਸੀਂ ਕਿੱਥੋਂ ਮੈਂ Jharkhand Ranchi ਸੇ ਉਹ ਵਾਹ ਮਤਲਬ ਪੂਰਾ ਇਸ ਵੱਡੀ ਦੁਨੀਆ 'ਚ ਇੱਕ ਛੋਟੀ ਦੁਨੀਆ ਬਸੀ ਹੈ ਜਿਸ ਜਿਸ ਦੇ ਵਿੱਚ ਦੁਨੀਆ ਦੁਨੀਆ ਤੋਂ ਲੋਕ ਆਏ ਬਿਨਾਂ ਵਾਹ ਵਾਹ ਚੁਣੇ ਬੰਦੇ ਆਏ ਹੋਏ ਨੇ ਅੱਛਾ ਇਸ ਵਕਤ ਮੇਰੇ ਨਾਲ ਐਸਪੀ ਸਿੰਘ ਵੀ ਨੇ ਸਾਰੇ ਰਿਪੋਰਟਰ ਨੇ ਤੇ ਇਸ ਜਗ੍ਹਾ ਨੂੰ ਬਖੂਬੀ ਜਾਣਦੇ ਨੇ ਕਿਉਂਕਿ ਬਨੂਰ ਦੇ ਹੀ ਰਹਿਣ ਵਾਲੇ ਨੇ ਆ ਸਭ ਤੋਂ ਪਹਿਲਾਂ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਇਹ ਸਾਰਾ ਕਦ ਸ਼ੁਰੂਆਤ ਹੋਈ ਕਿਨੇ ਸ਼ੁਰੂਆਤ ਕੀਤੀ ਤੇ ਮਕਸਦ ਕੀ ਸੀਗਾ ਇਹ ਵੈਸੇ ਤਾਂ ਜਿਹੜਾ ਆਪਣਾ ਇਹ ਪ੍ਰੋਜੈਕਟ ਬਦਰੀ ਗਾਸ਼ਰਮ ਅਸੀਂ 4-5 ਸਾਲਾਂ ਤੋਂ ਸਟਾਰਟ ਕੀਤਾ ਹੋਇਆ ਹੈ ਟਾਈਮ ਦੇ ਨਾਲ ਸਮੇਂ ਦੇ ਨਾਲ ਅਸੀਂ ਇਹਦੇ ਵਿੱਚ ਕੰਸਟਰਕਸ਼ਨ ਆਪਣੇ ਹੱਥਾਂ ਨਾਲ ਹੀ ਸਾਰਾ ਬਣਾਇਆ ਹੋਇਆ ਹੈ ਇਹ ਨਹੀਂ ਹੈ ਕਿ ਕੋਈ ਮਸ਼ੀਨ ਨਹੀਂ ਜ਼ਿਆਦਾ ਯੂਜ਼ ਕੀਤੀ ਹੋਈ ਹੈ ਇੱਕਦਾਂ ਤੇ ਬਾਕੀ ਮੇਨ आ, हमारे जो स्कॉन के फाउंडर चाह रहे हैं शिला प्रभा जी उनका एम था कि एक वर्ण आश्रम आए जिसमें गुरुकुल हो फार्म कम्युनिटी हो जैसे ऐसे है कि जो बाहर के संसार से एक अलग हो जिसमें कंटेमिनेशन ना हो बाहर की तो वो उसको लेके वो हमारे हिज होलीनेस भक्ति विकास महाराज हमारे उन्होंने ये प्रोजेक्ट को आगे बढ़ाया और इधर हमारे जो मेन लीडर हैं केशवन डॉक्टर केशवन प्रभु एम हैं वो और ਉਹਨਾਂ ਨੇ ਮਤਲਬ ਇਸ ਪ੍ਰੋਜੈਕਟ ਕੋ ਜੋ ਚਲਾ ਰਹੇ ਆਂ ਅਭੀ ਇਹ ਫਾਰਮ ਕਿਸ ਤਰੀਕੇ ਨਾਲ ਖਾਸ ਹੈ ਕਿਉਂਕਿ ਅਸੀਂ ਇਹ ਦੇਖ ਲਿਆ ਕਿ ਤੁਸੀਂ ਜਦ ਸ਼ੁਰੂਆਤ ਕੀਤੀ ਤਾਂ ਬਣਾਇਆ ਵੀ ਤੁਸੀਂ ਆਪ ਹੈ ਕਿਸੇ ਲਈ ਬਾਹਰਲੀ ਕੋਈ ਮਦਦ ਨਹੀਂ ਲਿੱਤੀ ਤੁਸੀਂ ਪਰ ਜਦ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਹੁਣ ਤੱਕ ਦਾ ਸਾਰਾ ਸਫਰ ਆਰਗੈਨਿਕ ਹੀ ਰਿਹਾ ਹੈ ਸਾਡੇ ਦੇਖੋ ਕੋਸ਼ਿਸ਼ ਆਰਗੈਨਿਕ ਤੇ ਹੀ ਹੈ ਕਿ ਆਰਗੈਨਿਕ ਰਹੀਏ ਪਰ एकदम ऑर्गेनिक ਨਾ ਕਰਕੇ ਫਿਰ ਵੀ ਅਸੀਂ ਜਿਵੇਂ ਇਹਦੇ ਵਿੱਚ ਫਸਲ ਹੈ ਆਪਣੀ ਫਸਲ ਦੇ ਵਿੱਚ ਵੀ ਦਵਾਈਆਂ ਅਸੀਂ ਗੋਬਰ ਦਾ ਵੀ ਯੂਜ਼ ਕਰਦੇ ਆ ਤਾਂ ਫਿਰ ਵੀ ਕਦੇ-ਕਦੇ ਕਰਨੀ ਪੈ ਜਾਂਦੀ ਹੈ ਕਿਉਂਕਿ ਫਸਲ ਖਰਾਬ ਹੋ ਨਾ ਜਾਂਦੀ ਹੈ ਪਰ ਸਾਡੀ ਕੋਸ਼ਿਸ਼ 90% ਹਾਲੇ ਤੱਕ ਦਾ ऑर्गेनिक ਹੀ ਚੱਲ ਰਹੀ ਹੈ ਗੋਬਰ ਦਾ ਯੂਜ਼ ਕਰਦੇ ਹੋ ਗੋਬਰ ਦਾ ਜਿਹੜਾ ਗਾਂ ਦਾ ਬਾਥਰੂਮ ਉਸ ਦਾ ਯੂਜ਼ ਕਰਦੇ ਆ ਕਾਉ ਯੂਰਨ ਕਾਉ ਯੂਰਨ ਕਹਿੰਦੇ ਜਿਸ ਕੋ ਔਰ ਜਿਵੇਂ ਲੋਕ ਕਾਉ ਕੋ ਵੀ ਟੀਕੇ ਲਗਾਤੇ ਹਾਂ ਅਸੀਂ ਟੀਕੇ ਵੀ ਨਹੀਂ ਲਗਾਦੇ ਆਯੁਰਵੇਦਿਕ ਕੋਸ਼ਿਸ਼ ਕਰਦੇ ਹਾਂ ਅਸੀਂ ਦੇਖ ਰਹੇ ਸੀ ਤੁਸੀਂ ਕਰ ਰਹੇ ਸੀ ਤੁਸੀਂ ਉਹਨੂੰ ਦੇਖਿਆ ਵੀ ਸੀ ਸ਼ੂਟ 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 ਵੀ ਲਿਤਾਵਾ ਤੇ ਬਾਕੀ ਅਸੀਂ ਕੋਸ਼ਿਸ਼ ਕਰਦੇ ਹਾਂ ਆਯੁਰਵੇਦਿਕ ਦਵਾਈਆਂ ਜਿਵੇਂ ਜੋ ਵੀ ਸਾਡੇ ਆਯੁਰਵੇਦਿਕ ਸਿਸਟਮ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਬਾਹਰ ਦੀ ਆਰਗੇਨਿਕ ਚੀਜ਼ਾਂ ਘੱਟੋ ਘੱਟ ਯੂਜ਼ ਕਰੀਏ ਅੱਛਾ ਕਿਉਂਕਿ ਅਸੀਂ ਦੇਖ ਰਹੇ ਸੀ ਤੁਸੀਂ ਗਾਵਾਂ ਰੱਖੀਆਂ ਹੋਈਆਂ ਨੇ ਗਾਵਾਂ ਉਹ ਨੇ ਜਿਹੜੀ ਸ਼ਾਇਦ ਬਾਹਰ ਜ਼ਿਆਦਾ ਫਿਰਦੀਆਂ ਨੇ ਮੱਝਾਂ ਨੂੰ ਲੋਕ ਜ਼ਿਆਦਾ ਪ੍ਰੈਫਰੈਂਸ ਦਿੰਦੇ ਨੇ ਤੁਸੀਂ ਗਾਵਾਂ ਨੂੰ ਵੀ ਰੱਖਿਆ ਹੋਇਆ ਹੈ ਖਾਸियत ਕੀ ਹੈ ਕਿਉਂਕਿ گاਵਾ ਵੀ ਦੁੱਧ ਉਹਨਾਂ ਹੀ ਦਿੰਦੀਆਂ ਨੇ ਵਧੀਆ ਦਿੰਦੀਆਂ ਨੇ ਹੈਨਾ ਤੇ ਆਪਣੇ ਜੇ ਹਿੰਦੂ ਕਲਚਰ ਦੀ ਗੱਲ ਕਰੀਏ ਇਤਿਹਾਸ ਦੀ ਗੱਲ ਕਰੀਏ گاਵਾ ਨੂੰ ਪੂਜਦੇ ਵੀ ਨੇ ਇਹ ਅਸੀਂ گاਵਾ ਇਸ ਕਰਕੇ ਰੱਖੇ ਨੇ ਕਿਉਂਕਿ ਸ਼ਾਸਤਰੋਂ ਵੀ ਆਦਾ ਨਮੋ ਬ੍ਰਹਮਨੇ ਦੇਵਾਏ ਗੋ ਬ੍ਰਹਮਨੇ ਹਿਤਾਇਚਾ ਜਗਤ ਹਿਤਾਇ ਦੇਵਾਏ ਗੋਬਿੰਦਾਏ ਨਮੋ ਨਮਾ ਭਗਵਾਨ ਖੁਦ گاਉਂ ਦੀ ਰੱਖਿਆ ਕਰਦੇ ਨੇ ਕ੍ਰਿਸ਼ਨ ਭਗਵਾਨ ਹਾਂ ਬਿਲਕੁਲ ਜਿਵੇਂ ਔਣੀ 5000 ਸਾਲ ਪਹਿਲਾਂ ਕ੍ਰਿਸ਼ਨ ਭਗਵਾਨ ਆਏ ਸੀ ਤਾਂ ਉਹ ਵੀ ਗਊ ਰੱਖਿਆ ਦੇ ਲਈ ਮਤਲਬ ਗਾਂਏ ਕੇ ਲਈ ਪ੍ਰੀਫਰੈਂਸ ਹੈ ਕਿਉਂਕਿ ਸ਼ਾਸਤਰ ਮੇਂ ਗਾਂਏ ਕੀ ਬਹੁਤ ਮਹਿਮਾ ਹੈ ਬਿਲਕ ਕਿਸੇ ਵੀ ਜੀਵ ਦਾ ਜੋ ਜਿ세 ਮਲ ਹੁੰਦਾ ਹੈ ਉਹ ਜਿ세 ہمارا ਮਲ ਹੈ ਉਸਕੋ ਅਸੀਂ ਉਸਕੋ ਦੇਖਤੇ ਵੀ ਨਹੀਂ ਨਾ ਪਰ ਗਾਂਹੇ ਕੋ ਲੋਕ ਆਪਣੇ ਘਰ ਮੇ ਰਖਦੇ ਸ਼ੁੱਧ ਮੰਨਿਆ ਜਾਂਦਾ ਕਿਉਂ ਸ਼ਾਸਤਰੋ ਮਹੀਮਾ ਹੈ ਪੂਰੀ ਗਾਂਹੇ ਕੀ ਤੋਂ ਕਹਿੰਦੇ ਕਿ ਦੁਨੀਆ ਤਾਂ ਚਾ ਆਪਣਾ ਚੰਨ ਤੇ ਪਹੁੰਚ ਗਈ ਠੀਕ ਹੈ ਮੂਨ ਤੇ ਪਹੁੰਚ ਚੁਕੀ ਹੈ ਦੁਨੀਆ ਤਾਂ ਇਹ ਦੇਖ ਰਹੀ ਹੈ ਕਿ ਪਾਣੀ ਕਿੱਥੇ ਮਿਲੇਗਾ ਪਲੈਂਟ ਚ ਸ਼ਾਇਦ ਇਹ ਪੈਨ ਪਲੈਂਟ ਖਤਮ ਹੋ ਗਿਆ ਤੇ ਉੱਥੇ ਪਹੁੰਚ ਜਾਗੇ ਦੁਨੀਆ ਯਾਨੀ ਪੰਜਵੇਂ ਗੇਅਰ ਤੋਂ ਛੇਵੇਂ ਗੇਅਰ ਤੇ ਪਹੁੰਚ ਗਈ ਗੱਡੀਆਂ ਤੇ ਤੁਸੀਂ ਬੈਕ ਗੇਅਰ ਕਿਉਂ ਲਾਇਆ ਹੋ ਬਾਗਿਰ ਇਸ ਕਰਕੇ ਕਹਿ ਰਹੇ ਕਿ ਦੁਨੀਆ ਮਾਡਰਨਿਟੀ ਵੱਲ ਜਾ ਰਹੀ ਹੈ ਤੁਸੀਂ ਟ੍ਰੈਡੀਸ਼ਨ ਵੱਲ ਜਾ ਰਹੇ ਹੋ ਟ੍ਰੈਡੀਸ਼ਨ ਵੱਲ ਇਸ ਇਸ ਲਈ ਜਾ ਰਹੇ ਕਿਉਂਕਿ ਜੋ ਲੋਕਾਂ ਨੂੰ ਪਤਾ ਹੀ ਨਹੀਂ ਮਾਡਰਨ ਕੀ ਹੈ ਆਪ ਨੂੰ ਕੀ ਪਤਾ ਕਿ ਜਿਹੜੇ ਆਪਣੇ ਪਹਿਲੇ ਪੁਰਵ ਸੀ ਉਹ ਜ਼ਿਆਦਾ ਮਾਡਰਨ ਸੀ ਹੁਣ ਪਹਿਲੇ ਸਤਿਯੁਗ ਮੇ ਲੋਕ ਹਜ਼ਾਰੋ ਹਜ਼ਾਰੋ ਸਾਲ ਉਮਰ ਰਹਿੰਦੇ ਸੀ 1 ਲੱਖ ਉਮਰ ਰਹਦੀ ਪਰ ਉਹ ਬੜੇ ਬੜੇ ਘਰ ਨਹੀਂ ਬਣਾਦੇ ਮਤਲਬ ਜੋ ਚੌਫੜੀ ਮਤਲਬ ਬਹੁਤ ਛੋਟੇ ਛੋਟੇ ਘਰਾਂ 'ਚ ਰਹਿੰਦੇ ਕਿੰਨੇ ਸਾਲ ਉਮਰ ਰਹਿੰਦੀ ਸੀ ਲੱਖ ਸਾਲ ਸਤਿਯੁਗ 'ਚ ਉਮਰ ਸੀ 1 ਲੱਖ ਸਾਲ ਫਿਰ ਤ੍ਰੇਤਾਮੇ ਹੋਈ 10000 ਫਿਦਵਾਪਰ ਮੇ 1000 ਅਫਸੋਸ ਹਾਲ ਰਹਿ ਗਈ ਐਸੇ ਤਾਂ ਮਤਲਬ ਇੰਨੀ ਉਮਰ ਸੀ ਤਾਂ ਵੀ ਉਹਨਾਂ ਨੇ ਵੱਡੇ ਵੱਡੇ ਕਰ ਨਹੀਂ ਪਾਏ ਉਹ ਨਹੀਂ ਚੰਦ ਤੇ ਉਹ ਵੀ ਭਗਵਾਨ ਦੀ ਭਗਤੀ 'ਚ ਲਗੇ ਪਰ ਅਸੀਂ ਨੇ ਮੂਰਖਾਂ ਕੀ 100 ਸਾਲ ਦੇ ਵਿੱਚ ਹੀ ਆਹ 100 ਸਾਲ ਵੀ ਨਹੀਂ ਰਹੀ 50 60 ਰਹਿ ਗਈ ਉਸੇ ਪਤਾ ਨਹੀਂ ਕੀ ਕਰਨ ਦੀ ਸੋਚ ਰਹੇ ਆ ਕਿਉਂਕਿ ਮੈਂ ਕਹਿਣ ਲੱਗਿਆ ਸੀ ਕਿ ਜਿਸ ਤਰੀਕੇ ਨਾਲ ਅੱਜਕੱਲ ਬੀਪੀ ਤੇ ਸਟ੍ਰੈਸ ਰਹਿੰਦਾ ਹੈ ਤੇ ਉਹ 100 ਵੀ ਨਹੀਂ ਹੈਗਾ ਵੇਦਾਂ ਦੇ ਵਿੱਚ ਖਾਣੇ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਰਜੋਗੁਣ ਤਮੋਗੁਣ ਸਤੋਗੁਣ ਅਸੀਂ ਜੋ ਵੀ ਖਾਂਦੇ ਹਾਂ ਉਸ ਦਾ ਸਿੱਧਾ ਸਿੱਧਾ ਅਸਰ ਸਾਡੇ ਦਿਲ ਦਿਮਾਗ ਤੇ ਹੁੰਦਾ ਹੈ ਇਸੇ ਨੂੰ ਧਿਆਨ ਵਿੱਚ ਰੱਖ ਕੇ ਆਸ਼ਰਮ ਦੇ ਵਿੱਚ ਬਣਨ ਵਾਲਾ ਭੋਜਨ ਉੱਥੇ ਹੀ ਉਗਾਈਆਂ ਗਈਆਂ ਸਬਜ਼ੀਆਂ ਅਨਾਜ ਤੇ ਦੇਸੀ ਘਾਹਾਂ ਦੇ ਦੁੱਤੋਂ ਤਿਆਰ ਕੀਤਾ ਜਾਂਦਾ ਹੈ ਕਹਿੰਦੇ ਕਿ ਖੇਤੀ 'ਚ ਕਈ ਵਾਰ ਅਸੀਂ ਦੇਖਦੇ ਆ ਇਹਨਾਂ ਪੈਸਟੀਸਾਈਡ ਪਾ ਦਿੰਨੇ ਆ ਇਹਨਾਂ ਉਹ ਜ਼ਹਿਰ ਬਣ ਜਾਂਦਾ ਹੈ ਕਿ ਉਹੀ ਜ਼ਹਿਰ ਫਿਰ ਅਸੀਂ ਖਾਣੇ ਆ ਠੀਕ ਹੈ ਉਹੀ ਜ਼ਹਿਰ ਫਿਰ ਅਸੀਂ ਉਗਲਦੇ ਆ ਤੇ ਅਗਲੇ ਨੂੰ ਜ਼ਹਿਰ ਅਸੀਂ ਪਾਨੇ ਆ ਉਹ ਕਿਸ ਤਰੀਕੇ ਨਾਲ ਪਾਨੇ ਆਪਣੀ ਜ਼ੁਬਾਨ ਦੇ ਤਰੀਕੇ ਨਾਲ ਹੈਨਾ ਅਗਲੇ ਨੂੰ ਵੀ ਜ਼ਹਿਰੀ ਕਰ ਦਿੰਨੇ ਆ ਫਿਰ ਇਹ ਜ਼ਹਿਰ ਜਿਸ ਤਰੀਕੇ ਨਾਲ ਫੈਲ ਰਿਹਾ ਦੁਨੀਆ 'ਚ ਤੁਹਾਡੀ ਇਹ ਛੋਟੀ ਜੀ ਦੁਨੀਆ ਹੈ ਇਸ ਦੇ ਵਿੱਚ ਕਿਵੇਂ ਉਹ ਬਾਹਰਲੇ ਜ਼ਹਿਰ ਨੂੰ ਖਤਮ ਕਰੋਗੇ ਇਹਦੇ ਵਿੱਚ ਇਹਦਾ ਹੈਗਾ ਤਰੀਕਾ ਜਿਵੇਂ ਇੱਕ ਤੋਂ ਬਾਤ ਇਹ ਹੈ ਕਿ ਜਿਵੇਂ ਅਸੀਂ ਖਾਣਗੇ ਅਨ ਵੈਸੇ ਹੋਦਾ ਮਾਰਾ ਮਨ तो वो मन से ही फिर हम वही एक्टिविटी करते हैं साडा तरीका ये है कि असं अपने हाथ खुद उगाते हैं फिर उसके जो बनाते हैं वो भी सात्विक तरीके से बनाते हैं सात्विक तरीके के यहाँ पर लकड़ी यूज़ करते हैं गोबर पाथियाँ यूज़ करते हैं गैस नहीं यूज़ करते इलेक्ट्रिसिटी नहीं यूज़ करते असं ने। ने। वो सात्विक हो गया फिर उसू भी अपनी जीवा की लालसा के लिए नहीं खाते मतलब बनाते और जीवा की लालसा के लिए नहीं पहले उसको भगवान को ऑफर करते हैं भगवान के ऑफ़र जो शास्त्रों में जो मंत्र है प्रॉपर भगवान को ऑफर करते हैं भगवान को तुलसी पत्ता दे के प्रॉपर ऑफर करते हैं ऐसे नहीं है कि ऐसे जैसे संसार के लोग की दो मिनट रख दिया प्रॉपर भगवान को ऑफरिंग होती है भगवान के लिए ही बनता है इधर फिर उसको हम लेते हैं तो वो जो चीज़ है जो जो जहर है वो ख़त्म होता है अच्छा आप से बात करते हैं आप झारखंड से हो अच्छा झारखंड की खासियत आप झारखंड से यहाँ आए झारखंड में भी इस तरीके के प्रोजेक्ट होंगे या यहाँ पे कोई स्पेशल आपको सिलेक्शन की गई थी आपकी किस तरीके से आए या आपका वाकई में दिल था कि यहाँ आए हाँ नहीं एक्चुअली में हुआ क्या था कि मैं जैसे झारखंड में था तो लेकिन वहाँ पे भक्ति नहीं करते थे लोग लोग वहाँ वर्णाश्रम टाइप से था गाय थी खेती थी सारे चीज़ सिंपल लोग जीते थे लेकिन लोगों के पास एक चीज़ नहीं था जो अंदर में बाहर लोग देखना देख रहे हैं है। लेकिन जो हृदय का शुद्धिकरण है वो नहीं कर पा रहे लोग ਅੱਛਾ ਮੇਰੀ ਤਰਫ ਜ਼ਰੂਰ ਦੇਖਿਓ ਤੁਸੀਂ ਸਰ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਅੱਛਾ अच्छा ਤੁਸੀਂ ਜਿਵੇਂ ਪੰਜਾਬੀ ਯੂਨੀਵਰਸਿਟੀ ਤੋਂ ਐਮ ਕਾਮ ਕੀਤੀ ਹੈ ਪੰਜਾਬੀ ਯੂਨੀਵਰਸਿਟੀ ਦਾ ਫਿਰ ਮੈਨੂੰ ਯਾਦ ਹੈ ਮੈਂ ਵੀ ਕਈ ਵਾਰ ਗਿਆ ਹਾਂ ਉੱਥੇ ਚਾਹ ਬੜੀ ਸਵਾਦ ਲੱਗਦੀ ਹੈ ਉੱਥੇ ਦੀ ਸਮੋਸੇ ਬੜੇ ਕੰਟੀਨ ਬੜੀ ਸਵਾਦ ਲੱਗਦੀ ਹੈ ਕੰਟੀਨ ਸਵਾਦ ਨਹੀਂ ਲੱਗੀ ਚਲੋ ਕੰਟੀਨ ਅੱਛੀ ਲੱਗਦੀ ਹੈ ਖਾਣਾ ਬਹੁਤ ਸਵਾਦ ਲੱਗਦਾ ਲੱਗੀ ਰਹਿੰਦੇ ਨੇ ਉਸੇ ਰੌਣਕ ਵੀ ਲੱਗੀ ਰਹਿੰਦੀ ਹੈ ਲਾਹੌਰ ਆ ਬਾਈ ਮੈਂ ਆ ਸਾਰੀ ਦੁਨੀਆਦਾਰੀਆਂ ਨੂੰ ਛੱਡ ਕੇ ਦੁਨੀਆਦਾਰੀ ਚੀਜ਼ਾਂ ਨੂੰ ਛੱਡ ਕੇ ਜਿੱਥੇ ਕਿ ਅੱਜ ਦੇ ਲੋਕ ਆਪਣੇ ਕਿਸ਼ਤਾਂ ਦੇ ਚੱਕਰਾਂ 'ਚ ਪਏ ਹੋਏ ਨੇ ਆਪਣੇ ਦੁਨੀਆਦਾਰੀ ਆਪਣਾ ਜਿਹੜਾ ਪਹਿਰਾਵਾ ਆ ਦਿਖਾਉਣ ਦੇ ਉਹ ਉਹ ਜਿਹੜੇ ਪਏ ਹੋਏ ਨੇ ਆ ਦੁਨੀਆਦਾਰੀ ਨੂੰ ਛੱਡ ਕੇ ਆਪਣੀ ਨਿੱਜੀ ਜ਼ਿੰਦਗੀ ਨੂੰ ਛੱਡ ਕੇ ਆਪਣੇ ਮਾਪੇ-ਬਾਪ ਨੂੰ ਛੱਡ ਕੇ ਇੱਥੇ ਰਹਿ ਰਹੇ ਨੇ ਬਹੁਤ ਵੱਡੀ ਗੱਲ ਅਸੀਂ ਇਹ ਦੇਖ ਰਹੇ ਹਾਂ ਕੁਟਿਆ ਜਿਸ ਤਰੀਕੇ ਨਾਲ ਇਸ ਕੀ ਪਿਆ ਇਸ ਵਕਤ ਹਾਲੇ ਤੱਕ ਗਾਂ ਦਾ ਚਾਰਾ ਰੱਖਿਆ ਹੋਇਆ ਆਪਾਂ ਅੱਛਾ ਹੂੰ ਇਸ ਤਰੀਕੇ ਨਾਲ ਕਿਉਂਕਿ ਉਸੀਤ ਰਾਤ ਨੂੰ ਉਸ ਪੈ ਜਾਂਦੀ ਨਾ ਤਾਂ ਖਰਾਬ ਹੋ ਜਾਂਦਾ ਅੱਛਾ ਅੱਛਾ ਇੱਕ ਚੀਜ਼ ਇੱਥੇ ਕੀ ਹੈ ਬੱਚਿਆਂ ਦੀ ਚੱਪਲਾਂ ਪਈਆਂ ਬਾਹਰ ਇੱਥੇ ਕੀ ਹੋ ਰਿਹਾ ਹੈ ਇਹਦੇ ਵਿੱਚ ਇਸ ਟਾਈਮ ਵਾਲੇ ਪ੍ਰਸ਼ਾਦ ਦਾ ਟਾਈਮ ਚੱਲ ਰਿਹਾ ਸੀ ਦੋ ਵਾਰੀ ਪਰਸ਼ਾ ਲੈਣੇ ਆ ਅੱਛਾ ਸਵੇਰ 10 ਵਜੇ ਔਰ ਅਭੀ ਸਰਦੀਆਂ ਦੇ ਅਨੁਸਾਰ ਅਭੀ ਜੋ ਪ੍ਰਸਾਦ ਜਿਸ ਨੂੰ ਅਸੀਂ ਖਾਣਾ ਕਹਿ ਦਿੰਨੇ ਆ ਅਸੀਂ ਖਾਣਾ ਕਹਿ ਦਿੰਦੇ ਆ ਅਸੀਂ ਤੁਸ ਸਾਡਾ ਪ੍ਰਸ਼ਾਦ ਹੈ ਸਾਡਾ ਪ੍ਰਸ਼ਾਦ ਆ ਆਪ ਹੀ ਬਣਾਣੇ ਉੱਥੇ ਕੀ ਕੀ ਬਣਾਓ ਵਾਹ ਕੀ ਬਾਤ ਹੈ ਕੀ ਬਾਤ ਹੈ ਅਸੀਂ ਅੰਦਰ ਜਾ ਨਹੀਂ ਸਕਦੇ ਕਿਉਂਕਿ ਨੰਗੇ ਪੈਰ ਜਾਣਾ ਪੈਣਾ ਜੁੱਤੇ ਤਾਰਨੇ ਪੈਣੇ ਠੰਡ ਬਹੁਤ ਹੈ ਪਰ ਜ਼ਰੂਰ ਚਲੋ ਚੱਲਦੇ ਆ ਦੇਖ ਕੇ ਜ਼ਰੂਰ ਆਨੇ ਆ ਕਿਸ ਤਰੀਕੇ ਨਾਲ ਮਤਲਬ ਸਵੇਰੇ ਦੁਪਹਿਰ ਸ਼ਾਮ ਤਿੰਨ ਟਾਈਮ ਚੱਲਦਾ ਨਹੀਂ ਆ ਖਾਣਾ ਦੇਖ ਕੇ ਹੁਣ ਮੇਰਾ ਦਿਲ ਕਰ ਰਿਹਾ ਏ ਥੋੜਾ ਜਿਹਾ ਅ ਪ੍ਰਸ਼ਾਦ ਜ਼ਰੂਰ ਪ੍ਰਸ਼ਾਦ ਕਰੀ ਲੰਗਰ ਕੇ ਲਈ ਰੱਬ ਦਾ ਹੀ ਏ ਜ਼ਰੂਰ ਟੇਸਟ ਕਰ ਲਈਏ ਕਿਉਂਕਿ ਦੇਖਣ ਨੂੰ ਤਾਂ ਬਹੁਤ ਅੱਛਾ ਲੱਗ ਰਿਹਾ ਏ ਖਾਣ ਨੂੰ ਤਾਂ ਮੈਨੂੰ ਲੱਗਦਾ ਹੋਰ ਅੱਛਾ ਲੱਗੇ ਕਿਉਂਕਿ ਅਸੀਂ ਜਿਵੇਂ ਇਹਨਾਂ ਨੇ ਕਿਹਾ ਇਹਨਾਂ ਨੂੰ ਮਜ਼ਾਕ ਕੀਤਾ ਸਾਡੇ ਨਾਲ ਕਿ ਪਾਣੀ ਵਾਲਾ ਦੁੱਧ ਤੁਸੀਂ ਪੀਨੋ ਅਸੀਂ ਅਸਲੀ ਦੁੱਧ ਪੀਨੇ ਆ ਤੇ ਜਿਹੜਾ ਖਾਣਾ ਏ ਉਹ ਆਰਗੈਨਿਕ ਹੈ ਔਰਗੇਨਿਕ ਖਾਣਾ ਦੇਖ ਕੇ ਮੈਂ ਵੀ ਚੱਕ ਕੇ ਦੱਸੂਗਾ ਕਿ ਆਖਰਕਾਰ ਮੇਰੇ ਖਾਣੇ 'ਚ ਤੇ ਇਸ ਖਾਣੇ 'ਚ ਕਿੰਨਾ ਫਰਕ ਹੈ ਯਾਨੀ ਸ਼ਹਿਰ ਦਾ ਜਿਹੜਾ ਖਾਣਾ ਹੁੰਦਾ ਇਸ ਖਾਣੇ 'ਚ ਕਿੰਨਾ ਫਰਕ ਹੈ 100% ਹੀ ਫਰਕ ਹੈ ਕਿਉਂਕਿ ਇਹ ਖਾਣਾ ਜੋ ਬਣਿਆ ਉਹ ਇਸ ਸਤਵੀ ਤਰੀਕੇ ਨਾਲ ਬਣਿਆ ਲੱਕੜੀ ਦੇ ਉਪਲਿਆਂ ਨਾਲ ਬਣਿਆ ਤੇ ਜਿਹੜਾ ਇਹਦਾ ਰਾਮ ਮਟੀਰੀਅਲ ਜਿਵੇਂ ਗੋਭੀ ਸਬਜ਼ੀਆਂ ਪਨੀਰ ਦੁੱਧ ਸਭ ਆਪਣਾ ਔਰਗੇਨਿਕ ਹੈ ਬਿਲਕੁਲ ਐਸਪੀ ਹਾਂਜੀ ਥੋੜੇ ਤੋਂ ਜ਼ਰੂਰ ਪੁੱਛਦੇ ਆਂ ਅਸਰੋ ਬੈਠਦੇ ਆਂ ਜੀ ਬਿਲਕੁਲ ਤੇ ਜਿਸ ਤਰੀਕੇ ਨਾਲ ਅਸੀਂ ਪਿੰਡਾਂ ਦੀ ਗੱਲ ਕਰਦੇ ਆਂ ਪਿੰਡਾਂ 'ਚ ਵੀ ਕਹਿੰਦੇ ਆਂ ਕਿ ਔਰਗੇਨ ਮਤ ਜਿੱਦਾਂ ਹੁਣ ਇਹ ਪਨੀਰ ਬਣਾ ਪਨੀਰ ਦੀ ਸਬਜ਼ੀ ਬਣੀ ਆ ਚਾਵਲ ਬਣੇ ਨੇ ਸਭ ਕੁਝ ਇੱਥੇ ਹੀ ਉਪਜੂਏ ਹਾਂਜੀ 99% ਇੱਥੇ ਹੀ اسی ਕੋਸ਼ਿਸ਼ ਕਰਦੇ ਬਣਾਉਣ ਦੀ ਪਰ ਜਿਵੇਂ ਕੋਈ ਚੀਜ਼ਾਂ ਨਹੀਂ ਹੁੰਦੀ ਜਿਵੇਂ ਮਸਾਲੇ ਤਾਂ ਲੈ ਬਾਹਰੋਂ ਹੀ ਲੈਣੇ ਆ ਪਰ ਚਾਵਲ ਹੋ ਗਏ ਗੋਭੀ ਹੋ ਗਈ ਪਨੀਰ ਦਾ ਦੁੱਧ ਤੋਂ ਆਣਾ ਦੁੱਧ ਖੁੱਲਾ ਹੀ ਆਪਣੇ ਲਵੇ ਇੱਥੇ ਤੇ ਜਿਵੇਂ ਗਹਿੂ ਦੇ ਸਮੇਂ ਕਣਕ ਇਹ ਸਭ ਆਪਣੇ ਸਮਾਨ ਆ ਜਿੱਦਾਂ ਮੈਂ ਇੱਥੇ ਦਾ ਲੋਕਲ ਵਸਨੀਕ ਹੋਣ ਦੇ ਨਾਤੇ ਮੈਨੂੰ ਪਤਾ ਹੈ ਕਿ ਚਲੋ ਮੈਂ ਫਿਰ ਵੀ ਅੱਜ ਡਾਊਟ ਕਲੀਅਰ ਜ਼ਰੂਰ ਕਰ ਲੈਂਦਾ ਆ ਕਿ ਜਿਹੜੇ ਇਹ ਪੈਸੇ ਦੀ ਜਿਹੜੀ ਮਾਤਰਾ ਹੁੰਦੀ ਆ ਜਾਂ ਪੈਸੇ ਇਹਨਾਂ ਦੇ ਸੁਸਾਇਟੀ ਦੇ ਵਿੱਚ ਕਿੱਥੇ ਨਹੀਂ ਦਿਖੂਗਾ ਜੇ ਆਪਾਂਵੇਂ ਕਿਧਰੇ ਵੀ ਦਾ ਦੇਖੇ ਜਾਵੇ ਸੁਸਾਇਟੀ ਦੇ ਵਿੱਚ ਕੋਈ ਵੀ ਕੰਮ ਹੁੰਦਾ ਬਿਨਾ ਪੈਸੇ ਤੋਂ ਹੁੰਦਾ ਇਹ ਗੱਲ ਸੱਚੀ ਹੈ ਮੈਂ ਵੈਸੇ ਵਸਨੀਕ ਹੋਣ ਦੇ ਨਾਤੇ ਮੈਨੂੰ ਪਤਾ ਸੀ ਪਰ ਲੇਕਿਨ ਮੈਂ ਕਨਫਰਮ ਕਰ ਰਿਹਾ ਤੁਹਾਡੇ ਤੋਂ 90% ਅਸੀਂ ਮਤਲਬ ਜੋ ਇਨਵੈਂਟਰੀ ਕਰਨੇ ਵੀ ਵਾਧ ਹੋ ਜਾਂਦੇ ਨਾ ਉਹਦੇ ਨਾਲ ਥੋੜਾ ਬੱਟਰ ਸਿਸਟਮ ਚਲਾ ਲੈਣੇ ਪਰ ਥੋੜਾ 10-20% ਉੱਪਰ نیچے ਤੁਹਾਨੂੰ ਪਤਾ ਹੀ ਹੈ ਆਦੇ ਸਮੇਂ ਦੇ ਵਿੱਚ ਜ਼ਰੂਰਤ ਪੈ ਜਾਂਦੀ ਹੈ ਪਰ ਸਾਡਾ ਚੱਲ ਜਾਂਦਾ 99% ਦਾ ਜੀ ਜੀ ਇਹ ਪਲੇਟਾਂ ਦਿੱਤੀਆਂ ਸਾਨੂੰ ਪੇਪਰ ਪਲੇਟ ਕਹਿ ਦਿੰਨੇ ਆ ਇਸ ਨੂੰ ਪੈਸੇ ਨਾਲ ਤਾਂ ਆਈ ਹੋਣੀ ਹੈ ਠੀਕ ਹੈ ਚਲੋ ਪੈਸੇ ਨਾਲ ਆਈ ਹੋਣੀ ਮੈਂ ਮੰਨ ਸਕਦਾ ਪਰ ਜਿਹੜੇ ਬਾਕੀ ਖਾ ਰਹੇ ਨੇ ਤੁਸੀਂ ਇੱਕ ਵਾਰ ਜ਼ਰੂਰ ਦੇਖੋ ਉਹ ਸਾਰੇ ਬਿਲਕੁਲ ਸਿੰਪਲ ਇਸ ਤਰ੍ਹਾਂ ਹੁੰਦੇ ਨਾ ਕਿ ਇੱਕ ਪਲੇਟ ਵੀ ਨਹੀਂ ਹੈਗੀ ਐ ਇੱਕ ਟਿਫਨ ਕਹ ਰਹੇ ਨੇ ਆ ਸੀ ਇੱਕ ਟਿਫਨ ਹੈ ਟਿਫਨ ਸੀ ਖਾ ਰਹੇ ਨੇ ਇਹਦੀ ਖਾਸियत ਇਹਦੀ ਖਾਸियत ਕੀ ਹੈ ਇਹ ਟਿਫਨ ਦੀ ਖਾਸियत ਇੱਕਦਾ ਇਹ ਹੈ ਕਿ ਇਸ ਕੋ ਹਮ ਇਹ ਪਰਸਨਲ ਟਿਫਨ ਹੈ ਜੀ ਇਹ ਆਪਣੇ ਹਰੇਕ ਬੰਦੇ ਦਾ ਆਪਣਾ ਆਪਣਾ ਟਿਫਨ ਹੈ ਕਿਉਂਕਿ ਇਹ ਹਮ ਉਸਕੇ ਜੋ ਆਪਣੇ ਭਗਵਾਨ ਕੇ ਬਰਤਨ ਹੈ ਜਿਹਾ ਇਹ ਬਰਤਨ ਹੈ ਜਿਸ ਮੇਂ ਹਮ ਸਰਵਿੰਗ ਕਰੇਗੇ ਆਪ ਸੋ ਕੋ ਵੀ ਪ੍ਰਸ਼ਾਦ ਤੋ ਉਸਸੇ ਹਮ ਇਕੱਠਾ ਵੀ ਨਹੀਂ ਕਰਦੇ ਕਿਉਂਕਿ ਉਹ ਭਗਵਾਨ ਕੇ ਬਰਤਨ ਨਾਲ ਲਗਾ ਹੈ ਹਮਾਰੇ ਸਭ ਕੇ ਬਰਤਨ ਨਾਲ ਲਗਾ ਹੈ ਇੱਕ ਤੈ ਗੱਲ ਹੋ ਗਈ ਤੇ ਦੂਜਾ ਗੱਲ ਇਹ ਵੀ ਇਹਦੇ ਫਾਇਦਾ ਕੀ ਇਹਦੇ ਵਿੱਚ ਪਲੇਟ ਦੇ ਵਿੱਚ ਕਿ ਆਪ ਫੁੱਲ ਭਰ ਲੰਨੇ ਆ ਇਹਦੇ ਵੀ ਅਸੀਂ ਜਿਆਦਾ ਭਰ ਕੇ ਵੀ ਨਹੀਂ ਖਾ ਸਕਦੇ ਸਾਡਾ ਜਿਹੜਾ ਤਪੱਸਿਆ ਦਾ ਮੂਡ ਵੀ ਹੈਗਾ ਇੱਥੇ ਇਹਦੇ ਰਾਤ ਨੂੰ ਜੇ ਬਿਜਲੀ ਨਹੀਂ ਹੈ ਸੂਬਾ ਸੂਬਾ ਅਸੀਂ 3:30 ਵਜੇ ਉੱਠਦੇ ਆ ਤੇ ਉਸ ਨਾਲ ਅਸੀਂ ਜਿਆਦਾ ਵੀ ਨਹੀਂ ਖਾਂਦੇ ਮੱਲੋ ਲਿਮਿਟ ਸਰ ਚੱਲਦਾ ਇਹ ਵੀ ਕਰਨਾ ਜਿਹੜਾ ਇਹ ਪ੍ਰਸ਼ਾਦ ਮੈਂ ਭਗਵਾਨ ਕੋਲੋਂ ਨੇ ਆਫਰ ਕੀ ਹੈ ਭਗਵਾਨ ਕੇ ਜੋ ਅਦਰ ਅੰਮ੍ਰਿਤ ਹੈ ਨਾ ਉਸ ਤੇ ਟੱਚ ਹੋ ਕੇ ਆਇਆ ਤਾਂ ਇਸ ਲਈ ਇਸ ਕੋ ਟੇਸਟੀ ਬਣਾ ਹੋਇਆ ਇਹ ਪ੍ਰਸ਼ਾਦ ਬਿਲਕੁਲ ਬਿਲਕੁਲ ਮੈਂ ਨਹੀਂ ਹੈ ਇਹਦਾ ਹੁਣ ਬਾਹਰ ਚੱਲਦੇ ਆ ਜੀ ਦੋ ਚਾਰ ਸਵਾਲ ਕਰਦੇ ਆ ਕਿਉਂਕਿ ਸਮੇਂ ਦੀ ਜਿਹੜੀ ਹੈ ਸੀਮਾ ਹੈ ਅਸੀਂ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਕਿਉਂਕਿ ਅਸੀਂ ਇਹ ਦੇਖ ਰਹੇ ਆ ਕਿ ਬਾਹਰ ਆਏ ਆ ਬਿਲਕੁਲ ਵੀ ਲਾਈਟ ਨਹੀਂ ਹੈ ਕਿਤੇ ਵੀ ਲਾਈਟ ਨਹੀਂ ਹੈ ਤੇ ਜਦ ਰਾਤ ਨੂੰ ਬਿਲਕੁਲ ਹਨੇਰਾ ਹੋ ਜਾਂਦਾ ਹੈ ਫਿਰ ਕਿਸ ਤਰੀਕੇ ਨਾਲ ਕਿਤੇ ਜਾਣਾ ਹੈ ਕਿਤੇ ਆਣਾ ਹੈ ਆਸ-ਪਾਸ ਘੁੰਮਣਾ ਹੈ ਕਿਵੇਂ ਕਰਦੇ ਮੇਨ ਸਾਡਾ ਇਹ ਰਹਿੰਦਾ ਕਿ ਅਸੀਂ ਪ੍ਰਕਿਰਤੀ ਦੇ ਹਿਸਾਬ ਨਾਲ ਚੱਲੀਏ ਜਿਵੇਂ ਉਹਨੂੰ ਭਗਵਾਨ ਆਪ ਨੂੰ ਕਹਿ ਰਹੇ ਕਿ ਸੋ ਜਾਓ ਪਰ ਆਪਾਂ ਕਿਆ ਕੋਸ਼ਿਸ਼ ਕਰਦੇ ਹਾਂ ਬਾਹਰ ਦੇ ਲੋਕੀ ਕਿ ਤੱਕੇ ਨਾਲ ਲਾਈਟ ਲਗਾ ਕੇ ਕੰਮ ਕਰਨਾ ਹੀ ਹੈ 24 ਘੰਟੇ ਕੰਮ ਕਰਨਾ ਹੈ ਪਰ ਅਸੀਂ ਸਾਡੇ ਇਹ ਨਹੀਂ ਕਿ ਆਯੁਰਵੇਦ ਅਕੋਰਡਿੰਗ ਵੀ ਸਹੀ ਹੈ ਕਿ ਜਿਵੇਂ ਭਗਵਾਨ ਕਹਿ ਰਹੇ ਉਹ ਮੈਂ ਕਰ ਲਵਾਂ ਭਗਵਾਨ ਕਹਿ ਰਿਹਾ ਸੋ ਜਾਓ ਸੋ ਜਾਓ ਬਿਲਕੁਲ ਅੱਛਾ ਠੰਡ ਦਾ ਮਹਿੰਨਾ ਹੈ ਹੈਨਾ ਕਿਸੇ ਨੂੰ ਸਰਦੀ ਲੱਗ ਜੇ ਜਾਂ ਕਿਸੇ ਨੂੰ ਹੋਰ ਬੁਖਾਰ ਹੋ ਜੇ ਕੋਈ ਹੋਰ ਪਰੇਸ਼ਾਨੀ ਹੋਏ ਹੈਨਾ ਬਿਮਾਰੀਆਂ ਵੀ ਬਹੁਤ ਕੁਝ ਨੇ ਤੇ ਆਪਣਾ ਜੇ ਅਸੀਂ ਗੱਲ ਕਰੀਏ ਇਸ ਇਲਾਕੇ ਦੀ ਇਹ ਵੀ ਸ਼ਹਿਰ ਤੋਂ ਨੇੜੇ ਹੀ ਹੈ ਬਹੁਤ ਜ਼ਿਆਦਾ ਦੂਰ ਨਹੀਂ ਹੈਗਾ ਹੈਨਾ ਤਾਂ ਕਿਸ ਤਰੀਕੇ ਨਾਲ ਬਚਪਚਾਵ ਦੀ ਤਰ੍ਹਾਂ ਤਿਆਰੀ ਕਿਵੇਂ ਹੁੰਦੀ ਹੈ ਬਚਾਵ ਦੀ ਤਿਆਰੀ ਦਾ ਇਹ ਹੈ ਕਿ ਪਹਿਲੀ ਗੱਲ ਤਾਂ ਸਾਡਾ 90% ਇਹੀ ਰਹਿੰਦੇਗੇ ਤੇ ਬਿਮਾਰੀਆਂ ਸਾਨੂੰ ਨੇੜੇ ਨੇ ਲੱਗਦੀਆਂ ਨਹੀਂ ਕਿਉਂਕਿ ਜੇ ਸਰੀਰ ਨੂੰ ਆਪਾਂ ਨਾ ਜਿਸ ਇਸੇ ਸਾਹਮਣੇ ਟਾਲਦੇ ਆ ਤਾਂ ਸਰੀਰ ਨੂੰ ਵੀ ਪਤਾ ਲੱਗ ਜਾਂਦਾ ਕਿ ਆਪਾਂ ਇਸ ਸਾਹਮਣੇ ਲ ਕਰ ਰਹੇ ਆ ਤਾਂ ਉਸੇ ਸਾਹਮਣੇ ਕੰਮ ਕਰਨ ਲੱਗ ਜਾਂਦਾ ਤਾਂ ਬਿਮਾਰੀਆਂ ਘੱਟ ਹੀ ਲੱਗਦੀਆਂ ਤੇ ਦੂਜੀ ਗੱਲ ਇਹ ਹੈ ਕਿ ਫਿਰ ਵੀ ਅਸੀਂ ਜੇ ਥੋੜਾ ਬੋਤੋ ਬਿਮਾਰਤਾ ਹੋਏਗਾ ਕਿਉਂਕਿ ਸਰੀਰ ਹੈ ਇਹ ਇਹ ਵੀ ਤੇ ਫਿਰ ਅਸੀਂ ਆਯੁਰਵੈਦਿਕ ਤਰੀਕੇ ਯੂਜ਼ ਕਰਦੇ ਆਂ ਜੀਵੇਂ ਕੀ एग्जांपल ਦੇ ਲਈ ਜਿਵੇਂ ਹੁਣ ਸਰਦੀ ਚੱਲ ਰਹੀ ਹੈ ਕਿਸ ਨੂੰ ਸਰਦੀ ਲੱਗ ਜਾਏ ਪਹਿਲਾਂ ਕੀ ਕਰਦੇ ਸੀ 50 60 ਸਾਲ ਪਹਿਲਾਂ 50 60 ਸਾਲ ਪਹਿਲੇ ਵੀ ਇਹੀ ਕਰਦੇ ਸੀਗੀ ਉਹਨੂੰ ਅੱਗ ਸਿਕਵਾਈ ਜਾਂਦੀ ਸੀ ਪੂਰੀ ਗਰਮੀ ਆ ਜਾਈਗੀ ਬਾਕੀ ਉਹਨੂੰ ਕੰਬਲ-ਕੁੰਬਲ ਤੇ ਬਾਕੀ ਇਧਰ ਸਾਡੇ ਖਾਣ ਪੀਣ ਦੀ ਚੀਜ਼ਾਂ ਦੁੱਧ ਤੋਂ ਪ्योर ਦੁੱਧ ਹੈ ਪਾਣੀ ਵਾਲਾ ਦੁੱਧ ਤਾਂ ਹੈ ਨਹੀਂ ਤੇ ਗਰਮੀ ਤਾਂ ਵੈਸੇ ਹੀ ਪੂਰੀ ਰਹਿੰਦੀ ਹੈ ਸਾਡੇ ਨਾਲ ਮਤਲਬ ਬਿਮਾਰੀ ਦਾ ਕੱਟ ਹੀ ਚਾਂਸ ਰਹਿੰਦਾ ਸੀ ਤੇ ਜੇ ਹੁੰਦੀ ਵ ਤਾਂ ਆਯੁਰਵੈਦਿਕ ਸਿਸਟਮ ਨਾਲ ਹੀ ਚੱਲਦੇ ਸੀ ਅ ਮੇਰਾ ਇੱਕ ਸਵਾਲ ਹੈ ਕਿਉਂਕਿ 10 ਕਿਲੋਮੀਟਰ ਦੂਰ ਹੈ ਬਿਲਕੁਲ ਖੇੜੀ ਗੰਡੂਆਂ ਪਿੰਡ ਤੋਂ ਅੱਗੇ ਨਹਿਰ ਦੇ ਨਾਲ-ਨਾਲ ਜਾਂਦੇ ਆ ਤਾਂ ਇਹ ਜਿਹੜਾ ਹੈ ਉਹ ਪਹੁੰਚ ਜਾਂਦੇ ਆ ਅਸੀਂ ਇੱਥੇ ਆਸ਼ਰਮ 'ਚ ਪਰ ਜਿਹੜੇ ਲੋਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਸਮਝ ਰਹੇ ਨੇ ਤੇ ਤੁਹਾਡਾ ਤਰੀਕਾ ਦੇਖ ਕੇ ਇੰਪ੍ਰੈਸਡ ਵੀ ਹੋ ਰਹੇ ਹੋਣੇ ਕਹਿ ਰਹੇ ਹੋਣੇ ਕਿ ਇਹ ਸ਼ਾਇਦ ਤਰੀਕਾ ਅਸਲ ਤਰੀਕਾ ਹੈ ਜ਼ਿੰਦਗੀ ਜਿਉਣ ਦਾ ਕਿਉਂ ਕਿਉਂਕਿ ਆਰਗੈਨਿਕ ਤਰੀਕਾ ਹੈ ਕੁਆਲਿਟੀ ਜਿਹੜੀ ਕਹਿੰਦੇ ਨੇ ਨਾ ਕੁਆਲਿਟੀ ਅੱਜਕੱਲ ਖੋਟ ਆ ਜਾਂਦਾ ਪਰ ਇਹ ਅਸਲ ਕੁਆਲਿਟੀ ਆਫ ਲਾਈਫ ਹੈ ਜਿਵੇਂ ਜੀ ਰਹੇ ਨੇ ਆ ਕਿਸ ਤਰੀਕੇ ਨਾਲ ਲੋਕ ਜਿਹੜਾ ਹੈ ਉਹ ਇੱਥੇ ਜੇ ਆਣਾ ਕਿਵੇਂ ਤੁਹਾਡੇ ਨਾਲ ਜੁਆਇਨ ਕਰ ਸਕਦੇ ਨੇ ਇੱਥੇ ਦਾ ਇੱਕ ਤਾਂ ਜਿਹੜਾ ਐਡਰੈਸ ਤਾਂ ਹੈ ਕਿ ਇਸ ਦਾ ਨਾਮ ਬਦਰੀ ਕਾਸ਼ਰਮ ਹੈ ਰਾਜਪੁਰਾ ਸੇ ਇਹ ਲਗਭਗ 10 ਕਿਲੋਮੀਟਰ ਦੇ ਨਜ਼ਦੀਕ ਹੋਗਾ ਔਰ ਬਾਕੀ ਇਥੇ ਪਿੰਡ ਬਡੋਲੀ ਗੁਜਰਾ ਤੇ ਪਿੰਡ ਪਬਰੀ ਦੇ ਵਿੱਚ ਜਿਹੜੀ ਨਹਿਰ ਜਾ ਰਹੀ ਹੈ ਕੰਡਾ ਖੇੜੀ ਉਹਦੇ ਲਾਗੇ ਇਹ ਆਸ਼ਰਮ ਹੈ ਬਦਰੀ ਕਾਸ਼ਰਮ ਬਾਕੀ ਜਿਹੜਾ ਜੁਆਇਨ ਹੋਣ ਦੀ ਗੱਲ ਹੈ ਜੁਆਇਨ ਤਾਂ ਐਵੇਂ ਕੀ ਜੇ ਕਿਸੇ ਦੀ ਇੱਛਾ ਹੋਵੇ ਕਿ ਰੱਬ ਦੀ ਭਗਤੀ ਕਰਨੀ ਹੈ ਸ਼ੁੱਧ ਤਰੀਕੇ ਨਾਲ ਸਹੀ Vedic ਸ਼ਾਸਤਰ ਦੇ ਅਨੁਸਾਰ ਆਪਣੇ ਮਨ ਨਾਲ ਨਹੀਂ ਗੁਰੂ ਦੇ ਆਰਡਰ ਦੇ ਅਨੁਸਾਰ ਕਿਉਂਕਿ ਰੱਬ ਨੂੰ ਤਾਂ بڑے ਬੰਦੇ ਮਿਲਣਾ ਵੀ ਜਾਂਦੇ ਨੇ ਪਰ ਲੋਕੀ ਸੋਚਦੇ ਆਂਗੇ ਅਸੀਂ ਆਪਣੇ ਤਰੀਕੇ ਨਾਲ ਮਿਲਾਂਗੇ ਪਰ ਇਹ ਮੈ ਨਹੀਂ ਹੋਣ ਲੱਗਿਆ ਜਿਵੇਂ ਆਪਣੇ ਗੁਰੂ ਕਹਿੰਦੇ ਨੇ ਇਹ ਭਗਵਾਨ ਨੇ ਜੋ ਮੈਥਡ ਬਤਾਇਆ ਉਸ ਤਰੀਕੇ ਸੇ ਹਮ ਫੋਲੋ ਕਰਾਂਗੇ ਫਿਰ ਹੀ ਭਗਵਾਨ ਸੇ ਜੁੜ ਸਕਤੇ ਆਂ ਤਾਂ ਜਿਸਕੀ ਪੂਰੀ ਇੱਛਾ ਹੈ ਫਿਰ ਉਹ ਹਮ ਸੇ ਕੰਟੈਕਟ ਕਰ ਲੈਣ ਜੋ ਹਮਾਰੇ ਸੀਨੀਅਰ ਆ ਫਿਰ ਉਹਨੂੰ ਬਾਕੀ ਹੋਰ ਅਥੋਰਟੀ ਜਿਹੜੀ ਛੋਟੀ ਮੋਟੀ ਚੀਜ਼ਾਂ ਨੇ ਉਹ ਵੀ ਹੁੰਦੀਆਂ ਨੇ ਫਾਰਮੈਲਿਟੀਜ਼ ਇਹ ਜੋ ਵੀ ਪੁੱਛਣਗੇ ਆ ਜੋ ਵੀ ਟਾਈਮ ਦੇ ਅਨੁਸਾਰ ਉਹਨੂੰ ਜੁਆਇਨ ਕਰ ਸਕਦਾ ਉਹ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਇਹ ਕਹਿੰਦੇ ਸਖਤ ਵਕ ਇਕ ਸੀਮਾ ਹੁੰਦੀ ਹੈ ਹਨੇਰਾ ਹੋ ਚੁੱਕਿਆ ਹੈ ਤੇ ਬਹੁਤ ਦਿਲ ਹੈ ਕਿ ਕਿਸ ਦਿਨ ਆ ਕੇ ਇੱਥੇ ਜ਼ਰੂਰ ਰਹੀਏ ਤੇ ਮਤਲਬ ਜਿਸ ਤਰੀਕੇ ਨਾਲ ਸ਼ੁਰੂ ਕਰਦੇ ਨੇ ਸੂਰਜ 3:30 ਵਜੇ ਤੋਂ ਪੂਜਾ ਸ਼ੁਰੂ ਕਰਦੇ ਨੇ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਅੱਗੇ ਆਪਣਾ ਦਿਨਚਾਰਾ ਜਿਹੜੀਆਂ ਪੂਰੀ ਕਰਦੇ ਨੇ ਖਾਣਾ ਬਣਾਉਂਦੇ ਨੇ ਆਰਗੇਨਿਕ ਤਰੀਕੇ ਨਾਲ ਇਹ ਕੁਆਲਿਟੀ ਆਫ ਲਾਈਫ ਦੱਸਣ ਦੀ ਵੀ ਕੋਸ਼ਿਸ਼ ਕੀਤੀ ਪਰ ਇਹ ਵੀ ਦੱਸੀਏ ਕਿ ਜੋ ਤੁਸੀਂ ਮੰਗ ਸਰਕਾਰਾਂ ਤੋਂ ਕਰਦੇ ਹੋ ਉਹ ਸਰਕਾਰ ਦੇ ਬਜਾਏ ਜੇ ਉਹੀ ਮੰਗ ਤੁਸੀਂ ਪਰਿਆਵਰਣ ਤੋਂ ਕਰੋਗੇ ਉਹ ਪਰਿਆਵਰਣ ਪਹਿਲਾਂ ਹੀ ਤੁਹਾਨੂੰ ਉਹ ਚੀਜ਼ ਦੇ ਰਿਹਾ ਹੈ ਪਾਣੀ ਦੀ ਗੱਲ ਕਰ ਲਓ ਤੁਸੀਂ ਧਰਤੀ ਦੀ ਗੱਲ ਕਰ ਲਓ ਤੁਸੀਂ ਫੀਲਡਸ ਦੀ ਗੱਲ ਕਰ ਲਓ ਫੀਲਡ ਅਸੀਂ ਕਹਿੰਦੇ ਆ ਫਾਰਮਿੰਗ ਦੀ ਗੱਲ ਕਰ ਰਹੇ ਹਾਂ ਕਿਉਂਕਿ ਆਪ ਖੇਤੀ ਕਰਦੇ ਨੇ ਹੈਨਾ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਪ੍ਰਕਿਰਤੀ ਦਿੰਦੀ ਹੈ ਤਾਂ ਉਸੇ ਪ੍ਰਕਿਰਤੀ ਤੇ ਨਿਰਭਰ ਨੇ ਤਾਂ ਉਹ ਜਿਹੜਾ ਕੁਆਲਿਟੀ ਆਫ ਲਾਈਫ ਹੈ ਉਹ ਸ਼ਾਇਦ ਉਹ ਤੁਹਾਨੂੰ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਇੱਕ ਵੱਖਰੀ ਪਿਓਰ ਕਲਾਸ ਜਿਹੜੀ ਹੈ ਉਹ ਆਹੀ ਹੁੰਦੀ ਹੈ ਕੀ ਕਹੋਗੇ ਐਸਪੀ ਆ ਬਿਲਕੁਲ ਬਸਮ ਬਾਕੀ ਆਪਾਂ ਸਟੋਰੀ ਦੇ ਮਾਧਮ ਰਾਹੀਂ ਤਾਂ ਸਾਰਾ ਕੁਝ ਜਿਹੜੇ ਡੇਲੀ ਪੋਸਟ ਪੰਜਾਬ ਹਰਿਆਣਾ ਮਾਚਰ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਮੈਂ ਆਪਣਾ ਪਰਸਨਲ ਅਪੀਲ ਕਰੂੰਗਾ ਕਿ ਜੇ ਆਪਾਂ ਨਿੱਜੀ ਜ਼ਿੰਦਗੀ ਦੇ ਰੁਝੇਵੇਂ ਤੋਂ ਨਿਕਲਣਾ ਚਾਹੁੰਦੇ ਆ ਕਿਵੇਂ ਜ਼ਿੰਦਗੀ ਜਿਉਣਾ ਹੈ ਕਿਵੇਂ ਆਪਾਂ ਆਪਣੇ ਜਿਹੜੇ ਕੁਦਰਤੀ ਪੱਖੋਂ ਕਿੱਦਾਂ ਆਪਾਂ ਗੱਲਬਾਤ ਰੱਖਣੀ ਹੈ ਤੇ ਕਿੱਦਾਂ ਕੁਦਰਤੀ ਚੀਜ਼ਾਂ ਖਾਣੀਆਂ ਨੇ ਕਿੱਦਾਂ ਆਪਾਂ ਜ਼ਿੰਦਗੀ ਨੂੰ ਸੰਭਾਲ ਕੇ ਰੱਖਣਾ ਹੈ ਉਹ ਚੀਜ਼ ਇੱਥੇ ਆ ਕੇ ਮਹਿਸੂਸ ਜ਼ਰੂਰ ਕਰ ਕੀਤੀ ਜਾ ਸਕਦੀ ਆ ਹਾਲਾਂਕਿ ਜਿਹੜਾ ਆਪਾਂ ਦੇਖਿਆ ਜਾ ਸਕਦਾ ਕਿ ਆਪਣੇ ਜਿਹੜੇ ਲੋਕ ਨੇ ਹਜੇ 300 ਯੂਨਿਟ ਦੇ ਵਿੱਚ ਹੀ ਉਲਝੇ ਪਏ ਨੇ ਵੀ ਸਰਕਾਰ 300 ਯੂਨਿਟ ਵਧੇਰੀ ਆ ਤੇ ਆਪਾਂ 300 ਯੂਨਿਟ ਫੁਕੜੇ ਕਿਵੇਂ ਆ ਇੱਥੇ ਦੇਖਿਆ ਜਾ ਸਕਦਾ ਬਜਮ ਵੀ ਨਾ ਇੱਥੇ ਕੋਈ 300 ਯੂਨਿਟ ਦੇ ਰਹੀ ਹੈ ਸਰਕਾਰ ਨਾ ਇੱਥੇ ਪਾਣੀ ਦੇ ਰਹੀ ਹੈ ਸਰਕਾਰ ਕਾਹ ਲੈ ਰਹੇ ਨੇ ਨਾ ਇਹ ਲੈ ਰਹੇ ਨੇ ਸਭ ਤੋਂ ਵੱਡੀ ਗੱਲ ਆ ਹਨਾ ਨਹੀਂ ਆਪਣੇ ਪੰਜਾਬ ਦੇ ਲੋਕ ਜਾਂ ਕੋਈ ਪੂਰੇ ਦੇਸ਼ ਭਰ ਦੇ ਲੋਕ ਫ੍ਰੀ ਵਾਲੇ ਪਾਸੇ ਦੀ ਸੇਵਾ ਦੀ ਉਪਲਬਧ ਦੀ ਜਿਹੜੀ ਆਪਣੀ ਪੰਜਾਬ ਸਰਕਾਰ ਦੀ ਉਹ ਮੰਨਣ ਨੂੰ ਤਿਆਰ ਨੇ ਪਰ ਲੇਕਿਨ ਆ ਦੇਖਣ ਵਾਲਾ ਆ ਗੱਲ ਹੈ ਕਿ ਨਾ ਇੱਥੇ ਸਰਕਾਰ ਪਾਣੀ ਦੇ ਰਹੀ ਆ ਨਾ ਬਿਜਲੀ ਦੇ ਰਹੀ ਨਾ ਇਥੇ ਕੋਈ ਸਹੂਲਤ ਦੇ ਰਹੀ ਆ ਪਰ ਲੇਕਿਨ ਜ਼ਿੰਦਗੀ ਆ ਜਿਹੜੀ ਸਾਡੇ ਦੇ ਨਾਲ ਉਹ ਵੀ 100 ਗੁਣਾ ਬਿਹਤਰ ਜੀ ਰਹੇ ਨੇ ਨਾ ਕੋਈ ਰੋਗੀ ਨੇ ਆ ਭਗਵਤ ਦਾਸ ਜੀ ਤੇ ਸ਼ਰਧੇਵ ਦਾਸ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਗੱਲਾਂ ਕੀਤੀਆਂ ਬੜੀ ਮਜ਼ਦਾਰ ਗੱਲਾਂ ਕੀਤੀਆਂ ਬੜਾ ਅਸੀਂ ਹਾਸਿਆ ਖੇਡੀਆਂ ਵੀ ਕੀਤੀਆਂ ਮਜ਼ਾਕ ਵੀ ਕੀਤਾ ਪਰ ਸ਼ਾਇਦ ਕਿਉਂਕਿ ਦੇਖੋ ਹਸੀ ਮਜ਼ਾਕ ਦੇ ਨਾਲ ਵੀ ਸ਼ਾਇਦ ਤੁਸੀਂ ਆਪਣੀ ਜਿਹੜਾ ਕਹਿੰਦੇ ਨੇ ਨਾ ਅਸੀਂ ਪੰਜਾਬੀ ਦੇ ਕਹਿੰਦੇ ਖੂਨ ਵਦ ਹੈ ਠੀਕ ਹੈ ਤਾਂ ਸ਼ਾਇਦ ਉਹ ਵੀ ਜ਼ਿੰਦਗੀ ਉਹ ਵੀ ਜ਼ਿੰਦਗੀ ਹੈ ਇਹਦਾ ਪਾਰਟ ਆ ਉਹ ਵੀ ਕਿਉਂਕਿ ਜੇ ਮਨ ਨਹੀਂ ਖੁਸ਼ ਰਹੇਗਾ ਤਾਂ ਕੀ ਫਾਇਦਾ ਹੁਣ ਅਸੀਂ ਇੱਥੇ ਰਹਿ ਰਹੇ ਹਾਂ ਮਨ ਨਾਲ ਖੁਸ਼ ਇਹ ਉਹ ਮੰਦੀ ਖੁਸ਼ੀ ਸੀ ਇਹਨਾਂ ਦੀ ਦੇਖੀ ਹੈ ਤਾਂ ਤੁਸੀਂ ਵੀ ਇੱਕੋ ਹੀ ਸਾਡਾ ਇਹੀ ਮਕਸਦ ਸੀਗਾ ਕਿ ਤੁਸੀਂ ਦੇਖੋ ਕਿ ਆਖਿਰਕਾਰ ਇੱਕ ਐਹੋ ਜੀ ਵੈਲੀ ਹੈ ਕਿਹੋ ਜੀ ਸਿਵਲਾਈਜੇਸ਼ਨ ਹੈ ਜਿਹੜੀ ਇਸ ਧਰਤੀ ਤੇ ਇੱਕ ਆਪਣੇ ਦੁਨੀਆ ਚ ਹੈ ਆਪਣੀ ਦੁਨੀਆ ਚ ਵਸੀ ਹੋਈ ਹੈ ਤਾਂ ਕਿੰਨੇ ਖੁਸ਼ ਹੈ ਤਾਂ ਕਿਸ ਤਰੀਕੇ ਨਾਲ ਉਹ ਪੁਰਾਣੇ ਜ਼ਮਾਨਿਆਂ ਵਾਂਗ ਜਿਹੜਾ ਹੈ ਉਹ ਆਪਣਾ ਘਰ ਤੇ ਆਪਣਾ ਹਰ ਕਾਰੋਬਾਰ ਕਾਰੋਬਾਰ ਕੀ ਕਹੀ ਐਸੀ ਇਹ ਕਹਈਏ ਕਿ ਇੱਥੇ ਜਿਹੜੀ ਖੇਤੀ ਕਰਦੇ ਨੇ ਉਹੀ ਉਗੋਖੇ ਉਹੀ ਖਾਂਦੇ ਨੇ ਇੱਥੇ ਰਹਿੰਦੇ ਨੇ ਬਿਜਲੀ ਦੀ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਇਹਨਾਂ ਨੂੰ ਕਿਉਂ ਕਿਉਂਕਿ ਜੋ ਕੁਝ ਇਹ ਇਸਤੇਮਾਲ ਕਰ ਰਹੇ ਨੇ ਉਹ ਪਰਿਆਵਰਣ ਤੋਂ ਕਰ ਰਹੇ ਨੇ ਤਾਂ ਹੀ ਇੱਕ ਉਪਰਾਲਾ ਸੀਗਾ ਤੁਹਾਨੂੰ ਦੱਸਣ ਦਾ ਕਿ ਪਰਿਆਵਰਣ ਦਾ ਕਿੰਨਾ ਵਧੀਆ ਉਪਯੋਗ ਤੁਸੀਂ ਵੀ ਕਰ ਸਕਦੇ ਹੋ ਤੇ ਇਸੇ ਤਰੀਕੇ ਨਾਲ ਇੱਕ ਕੁਆਲਿਟੀ ਆਫ ਲਾਈਫ ਜੀ ਸਕਦੇ ਹੋ ਕੈਮਰਾਮੈਨ ਸੁਮੇਤ ਦੇ ਨਾਲ ਬਜਨ ਵਰਮਾ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ